ਅੱਜ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਹਰਜੋਤ ਬੈਂਸ ਕਹਿ ਰਹੇ ਨੇ ਕਿ ਅਸੀਂ ਨਸ਼ਾ ਨਹੀਂ ਰੋਕ ਸਕ ਰਹੇ ਕਿਉਂਕਿ ਇਹਦੇ ਵਾਸਤੇ ਬੀਐਸਐਫ ਜ਼ਿੰਮੇਵਾਰ ਆ ਇਹਦੇ ਵਾਸਤੇ ਕੇਂਦਰ ਸਰਕਾਰ ਜ਼ਿੰਮੇਵਾਰ ਆ ਪਿਛਲੀਆਂ ਸਾਰੀਆਂ ਸਰਕਾਰਾਂ ਇਹੀ ਕੰਮ ਕਹਿੰਦੀਆਂ ਰਹੀਆਂ ਔਰ ਉਹਨੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਅਸੀਂ ਨਸ਼ਾ ਸਮਾਪਤ ਕਰਾਂਗੇ ਇੱਕ ਮਹੀਨੇ 'ਚ ਖਤਮ ਕਰ ਦਵਾਂਗੇ ਮੈਂ ਹਰਜੋਤ ਬੈਂਸ ਨੂੰ ਦੱਸਣਾ ਚਾਹੁੰਦਾ ਹਾਂ ਛੋਟੇ ਵੀਰ ਜਦੋਂ ਕੁਲਜਿੰਦਰ ਸਿੰਘ ਵਰਗੇ ਡਰੱਗ ਲੋਰਡ ਤੁਸੀਂ ਡੀਐਸਪੀ ਲਗਾਏ ਹੋਣ ਜਿਹੜੇ ਆਪਣੇ ਨਾਮ ਬਦਲ ਕੇ ਤੇ ਲੋਕਾਂ ਨੂੰ ਅਗਵਾ ਕਰਨ ਦਾ ਕੰਮ ਕਰਦੇ ਹੋਣ ਜਿਹੜੇ ਦੇਸ਼ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਹੋਣ ਤੇ ਫਿਰ ਇਹੀ ਗੱਲ ਕਹਿਣੀ ਪਊ ਕਿ ਅਸੀਂ ਨਸ਼ਾ ਨਹੀਂ ਰੋਕ ਸਕਦੇ ਕਿਉਂਕਿ ਨਸ਼ਾ ਤਸਕਰਾਂ ਦੇ ਨਾਲ ਤੇ ਤੁਸੀਂ ਹੁਣ ਸਾਂਝਗਾਂਢ ਕਰ ਲਈ ਆ ਰਵਿੰਦ ਕੇਜਰੀਵਾਲ ਦੀ ਔਰ ਕੁਲਜਿੰਦਰ ਸਿੰਘ ਦੀ ਸਾਂਝਗਾਂਢ ਇਹ ਗੱਲ ਬੜਾ ਸਪਸ਼ਟ ਕਰ ਦਿਆ ਕਿ ਪੰਜਾਬ ਅੰਦਰ ਤੁਹਾਡਾ ਨਸ਼ਾ ਖਤਮ ਕਰਨਾ ਨਾ ਪ੍ਰਾਇਓਰਟੀ ਨਹੀਂ ਰਹੇਗੀ ਬਲਕਿ ਬਦਲਾਖੋਰੀ ਪ੍ਰਾਇਓਰਟੀ ਰਹੇਗੀ ਇਸ ਕਰਕੇ ਪੰਜਾਬ ਦੇ ਲੋਕਾਂ ਤੁਹਾਨੂੰ ਵੋਟਾਂ ਪਾਈਆਂ ਸੀ ਇਹ ਬਹਾਨੇ ਲਗਾਉਣੇ ਬੰਦ ਕਰੋ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਆ ਰੋਜ਼ ਬੇਕਸੂਰ ਲੋਕ ਮਾਰੇ ਜਾ ਰਹੇ ਨੇ ਨਸ਼ੇਦ ਨਾਲ ਨੌਜਵਾਨ ਜਿਹੜੇ ਨੇ ਮਰ ਰਹੇ ਨੇ ਔਰ ਤੁਸੀਂ ਅੱਜ ਫੇਰ ਉਹੀ ਕੰਮ ਬਲੇਮ ਗੇਮ ਤੇ ਉਤਰ ਆਏ ਜੇ ਤੁਸੀਂ ਆਪਣੀ ਨਾਕਾਮੀ ਨੂੰ ਛੁਪਾਉਣ ਵਾਸਤੇ ਕੇਂਦਰ ਨੂੰ ਬਲੇਮ ਕਰਨਾ ਬੰਦ ਕਰੋ ਔਰ ਐਸੇ ਡੀਐਸਪੀ ਨੂੰ ਜੇਲ੍ਹ 'ਚ ਬੰਦ ਕਰੋ ਜਿਹੜੇ ਨਸ਼ਾ ਤਸਕਰ ਉਹਨਾਂ ਜੇਲ੍ਹ 'ਚ ਬੰਦ ਕਰੋ ਅਗਰ ਨਸ਼ੇ ਅੱਜ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਹਰਜੋਤ ਬੈਂਸ ਕਹਿ ਰਹੇ ਨੇ ਕਿ ਅਸੀਂ ਨਸ਼ਾ ਨਹੀਂ ਰੋਕ ਸਕ ਰਹੇ ਕਿਉਂਕਿ ਇਹਦੇ ਵਾਸਤੇ ਬੀਐਸਐਫ ਜ਼ਿੰਮੇਵਾਰ ਆ ਇਹਦੇ ਵਾਸਤੇ ਕੇਂਦਰ ਸਰਕਾਰ ਜ਼ਿੰਮੇਵਾਰ ਆ ਪਿਛਲੀਆਂ ਸਾਰੀਆਂ ਸਰਕਾਰਾਂ ਇਹੀ ਕੰਮ ਕਹਿੰਦੀਆਂ ਰਹੀਆਂ ਔਰ ਉਦੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਅਸੀਂ ਨਸ਼ਾ ਸਮਾਪਤ ਕਰਾਂਗੇ 1 ਮਹੀਨੇ ਚ ਖਤਮ ਕਰ ਦਵਾਂਗੇ ਮੈਂ ਹਰਜੋਤ ਬੈਂਸ ਨੂੰ ਇਹ ਦੱਸਣਾ ਚਾਹੁੰਦਾ ਹਾਂ ਛੋਟੇ ਵੀਰ ਜਦੋਂ ਗੁਲਜਿੰਦਰ ਸਿੰਘ ਵਰਗੇ ਡਰੱਗ ਲਾਰਡ ਤੁਸੀਂ ਡੀਐਸਪੀ ਲਗਾਏ ਹੋਣ ਜਿਹੜੇ ਆਪਣੇ ਨਾਮ ਬਦਲ ਕੇ ਤੇ ਲੋਕਾਂ ਨੂੰ ਅਗਵਾ ਕਰਨ ਦਾ ਕੰਮ ਕਰਦੇ ਹੋਣ ਜਿਹੜੇ ਦੇਸ਼ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਹੋਣ ਤੇ ਫਿਰ ਇਹੀ ਗੱਲ ਕਹਿਣੀ ਪਊ ਕਿ ਅਸੀਂ ਨਸ਼ਾ ਨਹੀਂ ਰੋਕ ਸਕਦੇ ਕਿਉਂਕਿ ਨਸ਼ਾ ਤਸਕਰਾਂ ਦੇ ਨਾਲ ਤੇ ਤੁਸੀਂ ਹੁਣ ਸਾਂਝ ਗਾਂਢ ਕਰ ਲਈ ਆ ਰਵਿੰਦ ਕੇਜਰੀਵਾਲ ਦੀ ਔਰ ਗੁਲਜਿੰਦਰ ਸਿੰਘ ਦੀ ਸਾਂਝ ਗਾਂਢ ਇਹ ਗੱਲ ਬੜਾ ਸਪਸ਼ਟ ਕਰ ਦਿਆ ਕਿ ਪੰਜਾਬ ਅੰਦਰ ਤੁਹਾਡਾ ਨਸ਼ਾ ਖਤਮ ਕਰਨ ਨੂੰ ਪ੍ਰਾਇੋਰਟੀ ਨਹੀਂ ਰਹੇਗੀ ਬਲਕਿ ਬਦਲਾਖੋਰੀ ਪ੍ਰਾਇੋਰਟੀ ਰਹੇਗੀ ਆ ਇਸ ਕਰਕੇ ਪੰਜਾਬ ਦੇ ਲੋਕਾਂ ਤੁਹਾਨੂੰ ਵੋਟਾਂ ਪਾਈਆਂ ਸੀ ਇਹ ਬਹਾਨੇ ਲਗਾਉਣੇ ਬੰਦ ਕਰੋ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਆ ਰੋਜ਼ ਬੇਕਸੂਰ ਲੋਕ ਮਾਰੇ ਜਾ ਰਹੇ ਨੇ ਨਸ਼ੇ ਦੇ ਨਾਲ ਨੌਜਵਾਨ ਜਿਹੜੇ ਨੇ ਉਹ ਮਰ ਰਹੇ ਨੇ ਔਰ ਤੁਸੀਂ ਅੱਜ ਫੇਰ ਉਹੀ ਕੰਮ ਬਲੇਮ ਗੇਮ ਤੇ ਉਤਰ ਆਏ ਜੇ ਤੁਸੀਂ ਆਪਣੀ ਨਾਕਾਮੀ ਨੂੰ ਛੁਪਾਉਣ ਵਾਸਤੇ ਕੇਂਦਰ ਨੂੰ ਬਲੇਮ ਕਰਨਾ ਬੰਦ ਕਰੋ ਔਰ ਐਸੇ ਡੀਐਸਪੀ ਨੂੰ ਜੇਲ੍ਹ ਚ ਬੰਦ ਕਰੋ ਜਿਹੜੇ ਨਸ਼ਾ ਤਸਕਰ ਉਹਨਾਂ ਜੇਲ੍ਹ ਚ ਬੰਦ ਕਰੋ ਅਗਰ ਨਸ਼ੇ ਨੂੰ ਬੰਦ ਅੱਜ ਆਮ ਆਦਮੀ ਪਾਰਟੀ ਦਾ ਅਸਲੀ ਚਿਹਰਾ ਸਾਹਮਣੇ ਆਇਆ ਹਰਜੋਤ ਬੈਂਸ ਕਹਿ ਰਹੇ ਨੇ ਕਿ ਅਸੀਂ ਨਸ਼ਾ ਨਹੀਂ ਰੋਕ ਸਕ ਰਹੇ ਕਿਉਂਕਿ ਇਹਦੇ ਵਾਸਤੇ ਬੀਐਸਐਫ ਜ਼ਿੰਮੇਵਾਰ ਆ ਇਹਦੇ ਵਾਸਤੇ ਕੇਂਦਰ ਸਰਕਾਰ ਜ਼ਿੰਮੇਵਾਰ ਆ ਪਿਛਲੀਆਂ ਸਾਰੀਆਂ ਸਰਕਾਰਾਂ ਇਹੀ ਕੰਮ ਕਹਿੰਦੀਆਂ ਰਹੀਆਂ ਔਰ ਉਦੋਂ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਕਹਿੰਦੇ ਸੀ ਅਸੀਂ ਨਸ਼ਾ ਸਮਾਪਤ ਕਰਾਂਗੇ ਇੱਕ ਮਹੀਨੇ ਚ ਖਤਮ ਕਰ ਦਵਾਂਗੇ ਮੈਂ ਹਰਜੋਤ ਬੈਂਸ ਨੂੰ ਦੱਸਣਾ ਚਾਹੁੰਦਾ ਹਾਂ ਛੋਟੇ ਵੀਰ ਜਦੋਂ ਕੁਲਜਿੰਦਰ ਸਿੰਘ ਵਰਗੇ ਡਰੱਗ ਲੋਰਡ ਤੁਸੀਂ ਡੀਐਸਪੀ ਲਗਾਏ ਹੋਣ ਜਿਹੜੇ ਆਪਣੇ ਨਾਮ ਬਦਲ ਕੇ ਤੇ ਲੋਕਾਂ ਨੂੰ ਅਗਵਾ ਕਰਨ ਦਾ ਕੰਮ ਕਰਦੇ ਹੋਣ ਜਿਹੜੇ ਦੇਸ਼ ਦੇ ਸਭ ਤੋਂ ਵੱਡੇ ਨਸ਼ਾ ਤਸਕਰ ਹੋਣ ਤੇ ਫਿਰ ਇਹੀ ਗੱਲ ਕਹਿਣੀ ਪਊ ਕਿ ਅਸੀਂ ਨਸ਼ਾ ਨਹੀਂ ਰੋਕ ਸਕਦੇ ਕਿਉਂਕਿ ਨਸ਼ਾ ਤਸਕਰਾਂ ਦੇ ਨਾਲ ਤੇ ਤੁਸੀਂ ਹੁਣ ਸਾਂਝਗਾਂਢ ਕਰ ਲਈ ਆ ਰਵਿੰਦ ਕੇਜਰੀਵਾਲ ਦੀ ਔਰ ਕੁਲਜਿੰਦਰ ਸਿੰਘ ਦੀ ਸਾਂਝਗਾਂਢ ਇਹ ਗੱਲ ਬੜਾ ਸਪਸ਼ਟ ਕਰ ਦਿਆ ਕਿ ਪੰਜਾਬ ਅੰਦਰ ਤੁਹਾਡਾ ਨਸ਼ਾ ਖਤਮ ਕਰਨਾ ਨਾ ਪ੍ਰਾਇੋਰਟੀ ਨਹੀਂ ਰਹੇਗੀ ਬਲਕਿ ਬਦਲਾਖੋਰੀ ਪ੍ਰਾਇੋਰਟੀ ਰਹੇਗੀ ਇਸ ਕਰਕੇ ਪੰਜਾਬ ਦੇ ਲੋਕਾਂ ਤੁਹਾਨੂੰ ਵੋਟਾਂ ਪਾਈਆਂ ਸੀ ਇਹ ਬਹਾਨੇ ਲਗਾਉਣੇ ਬੰਦ ਕਰੋ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਆ ਰੋਜ਼ ਬੇਕਸੂਰ ਲੋਕ ਮਾਰੇ ਜਾ ਰਹੇ ਨੇ ਨਸ਼ੇ ਦੇ ਨਾਲ ਨੌਜਵਾਨ ਜਿਹੜੇ ਨੇ ਮਰ ਰਹੇ ਨੇ ਔਰ ਤੁਸੀਂ ਅੱਜ ਫੇਰ ਉਹੀ ਕੰਮ ਬਲੇਮ ਗੇਮ ਤੇ ਉਤਰ ਆਏ ਜੇ ਤੁਸੀਂ ਆਪਣੀ ਨਾਕਾਮੀ ਨੂੰ ਛੁਪਾਉਣ ਵਾਸਤੇ ਕੇਂਦਰ ਨੂੰ ਬਲੇਮ ਕਰਨਾ ਬੰਦ ਕਰੋ ਔਰ ਐਸੇ ਡੀਐਸਪੀ ਨੂੰ ਜੇਲ੍ਹ 'ਚ ਬੰਦ ਕਰੋ ਜਿਹੜੇ ਨਸ਼ਾ ਤਸਕਰ ਉਹਨਾਂ ਜੇਲ੍ਹ 'ਚ ਬੰਦ ਕਰੋ ਅਗਰ ਨਸ਼ੇ ਨੂੰ ਬ